ਅੱਗੇ ਚੱਲਦੇ ਹਾਂ। ਕਰਫਿਊ ਦੌਰਾਨ ਅੱਜ ਭਵਾਨੀਗੜ੍ਹ ਵਿਖੇ ਥਾਣਾ ਮੁਖੀ ਰਮਨਦੀਪ ਸਿੰਘ SHO ਨੇ ਰਾਹ ਚੱਲਦੇ ਲੋਕਾਂ ਨੂੰ ਕਰਫਿਊ ਬਾਰੇ ਨਸੀਹਤ ਦਿੱਤੀ ਅਤੇ ਨਾਲ ਹੀ ਬਿਨਾਂ ਵਜ੍ਹਾ ਤੋਂ ਮੋਟਰਸਾਈਕਲ ਅਤੇ ਗੇੜੀਆਂ ਲਾਉਣ ਵਾਲਿਆਂ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਅਤੇ ਕਈਆਂ ਦੇ ਚਲਾਣ ਵੀ ਕੱਟੇ। ਇਸ ਤੋਂ ਇਲਾਵਾ ਬਿਨਾਂ ਨੰਬਰਾਂ ਦੇ ਮੋਟਰਸਾਈਕਲ ਵਾਲਿਆਂ ਨੂੰ ਆਪਣੇ ਵਹੀਕਲਾਂ 'ਤੇ ਨੰਬਰ ਲਗਾਉਣ ਲਈ ਸੁਚੇਤ ਵੀ ਕੀਤਾ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਅੱਜ ਟਰੱਕ ਯੂਨੀਅਨ ਦੀ ਸਪੈਸ਼ਲ ਲੱਗੀ ਹੋਣ ਕਾਰਨ ਆਵਾਜਾਈ ਥੋੜ੍ਹੀ ਜਿਹੀ ਵੱਧ ਹੈ ਅਤੇ ਨਾਲ ਹੀ ਕ੍ਰਾਈਮ ਵੀ ਘਟਿਆ ਹੋਇਆ ਅਤੇ ਐਕਸੀਡੈਂਟ ਤੋਂ ਲੋਕਾਂ ਦਾ ਬਚਾਉ ਹੈ। ਬਹੁਤ ਘੱਟ ਗਿਣਤੀ ਵਿੱਚ ਲੋਕ ਬਾਹਰ ਆਉਂਦੇ ਨੇ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਇਹ ਵੀ ਕਿਹਾ ਗਿਆ ਕਿ ਜਿੰਨਾ ਲੋਕ ਆਪਣੇ ਘਰਾਂ ਵਿੱਚ ਰਹਿਣਗੇ ਉਨਾ ਜ਼ਿਆਦਾ ਬਿਮਾਰੀ ਨੂੰ ਠੱਲ ਪਵੇਗੀ ਅਤੇ ਲੋਕ ਸੁਰੱਖਿਅਤ ਰਹਿ ਸਕਣਗੇ। ਇਸ ਮੌਕੇ 'ਤੇ ਇੰਸਪੈਕਟਰ ਹਾਕਮ ਸਿੰਘ, ASI ਮਨੋਜ ਕੁਮਾਰ, ASI ਜਨਕਰਾਜ, ASI ਚਰਨਜੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਲਵਪ੍ਰੀਤ ਸਿੰਘ ਆਦਿ ਮੌਜੂਦ ਸਨ। T84 ਨਿਊਜ਼ ਲਈ ਜਸਵਿੰਦਰ ਰਮਨਦੀਪ ਸਿੰਘ। ਹਾਂਜੀ ਸਰ, ਨਾਕਾ ਲਾਇਆ, ਕੀ ਕਾਰਨ ਹੈ ਜੀ? ਕਾਰਨ ਅਸੀਂ ਸਟਰੋਂਗ ਨਾਕਾਬੰਦੀ ਕੀਤੀ ਹੋਈ ਹੈ ਦੋਨੇ ਸਾਈਡ ਸ਼ਹਿਰ ਦੇ, ਤਾਂ ਜੋ ਅਸੀਂ ਜਿਹੜੀ ਟ੍ਰੈਫਿਕ ਇੱਥੋਂ ਦੀ ਲੰਘ ਰਹੀ ਹੈਗੀ, ਹਾਈਵੇ ਹੈਗਾ ਸਟੇਟ ਹਾਈਵੇ, ਨੈਸ਼ਨਲ ਹਾਈਵੇ, ਅਤੇ ਉਹ ਚੈੱਕ ਕਰ ਸਕੀਏ। ਅਤੇ ਸਰ, ਮੁੜ ਕੇ ਕ੍ਰਾਈਮ ਕਿਸ ਤਰ੍ਹਾਂ ਚੱਲ ਰਿਹਾ ਜੀ? ਕ੍ਰਾਈਮ ਵਧਿਆ ਜਾਂ ਘਟਿਆ ਜੀ? ਕ੍ਰਾਈਮ 'ਚ ਕਾਫੀ ਗਿਰਾਵਟ ਆਈ ਹੈਗੀ ਇਹਨਾਂ ਦਿਨਾਂ 'ਚ, ਬਿਕੋਜ਼ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਨੇ, ਜ਼ਰੂਰੀ ਕੰਮ ਵਾਸਤੇ ਹੀ ਆਉਂਦੇ ਨੇ ਬਾਹਰ। ਐਕਸੀਡੈਂਟ 'ਚ ਕਾਫੀ ਕਮੀ ਹੈ, ਅਤੇ ਜਿਹੜੇ ਹੋਰ ਜਨਰਲ ਕ੍ਰਾਈਮ ਹੈ, ਕੋਈ ਝਗੜਾ ਜਾਂ ਕੋਈ ਹੋਰ ਛੋਟੇ ਮੋਟੇ, ਉਹ ਕੰਮ ਘੱਟ ਹੈ ਬਹੁਤ। ਕੁਛ ਸਰ ਇੱਥੇ ਟਾਈਮਿੰਗ ਆਪਣੇ 8 ਵਜੇ ਦੀ ਹੈ, ਤਾਂ ਦੇਖਿਆ ਜਾਵੇ ਤਾਂ ਹੁਣ ਵੀ ਲੋਕ ਅੰਦਰ ਬਾਹਰ ਆ ਜਾ ਰਹੇ ਨੇ। ਉਹਨਾਂ ਨੇ ਕਿ ਤੁਸੀਂ ਇਹ ਲੋਕ, ਇੱਕ ਤਾਂ ਇੱਥੇ ਅੱਜ ਸਪੈਸ਼ਲ ਲੱਗੀ ਹੈਗੀ ਜਿਹੜੀ ਫੂਡ ਗ੍ਰੇਨਸ ਦੀ, ਉਹ ਟਰਾਂਸਪੋਰਟੇਸ਼ਨ ਕਰਕੇ ਟਰੱਕਾਂ ਵਾਲੇ ਨੇ ਜਿਹੜੇ, ਉਹ ਪਹਿਲਾਂ ਮੋਟਰਸਾਈਕਲ 'ਤੇ ਆਉਂਦੇ ਨੇਗੇ, ਟਰੱਕ ਚੱਕਦੇ ਨੇ ਇੱਥੋਂ ਜੀ। ਅਤੇ ਇੱਕ ਫਿਰ ਹੈਗਾ ਗਾ ਇਹ ਹਾਈਵੇ ਹੋਣ ਕਰਕੇ, ਇੱਥੋਂ ਜਿਹਨੇ ਪਟਿਆਲਾ ਜਾਂ ਚੰਡੀਗੜ੍ਹ ਕਮਿਊਟ ਕਰਨਾ ਤਾਂ ਉਹ ਇੱਥੇ ਆਪਣਾ ਵਾਹਨ ਖੜਾਉਂਦਾ ਹੈਗਾ ਅਤੇ ਇੱਥੇ ਆਪਣਾ ਜਾਂਦੇ ਨੇ। ਆਮ ਪਬਲਿਕ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਇੱਦਾਂ ਹੀ ਆ ਜਾ ਰਹੇ ਨੇਗੇ? ਨਹੀਂ, ਇਹ ਹਜੇ ਟਾਈਮ 8:30 ਦਾ ਹੋਇਆ ਹੈਗਾ ਜੀ, ਅਤੇ ਇਹ ਕੋਈ ਦਵਾਈਆਂ ਲੈਣ ਲੱਗੀ ਹੋਈ ਸੀਗੀ ਉੱਧਰ ਪਿੱਛੇ, ਠੀਕ ਹੈ, ਅਤੇ ਉਹ ਦਵਾਈਆਂ ਵਾਲੇ ਨੇ ਜ਼ਿਆਦਾਤਰ, ਕੋਈ ਇੱਦਾਂ ਨਹੀਂ ਵੀ ਵਿਦਾਊਟ ਐਨੀ ਕੋਜ਼ ਕੋਈ ਘੁੰਮ ਰਿਹਾ ਹੋਵੇ ਇੱਦਾਂ ਦਾ। ਅਸੀਂ ਤਾਂ ਹੀ ਇਸੇ ਸਖਤੀ ਕੀਤੀ ਹੈ ਕਿ ਦੋ ਚਲਾਣ ਵੀ ਕਰ ਚੁੱਕਿਆ ਮੈਂ ਹੁਣ ਤੱਕ ਜੀ। ਅਤੇ ਬਾਕੀ ਤਾਂ ਸਰ ਦੇਖਣ ਦੇ ਵਿੱਚ ਵੀ ਬਹੁਤ ਸਾਰਾ ਆਉਂਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਬਹੁਤ ਜ਼ਿਆਦਾ ਮਿਸਬਿਹੇਵੀਅਰ ਵੀ ਕੀਤਾ ਜਾਂਦਾ, ਕਿ ਤੁਹਾਡੇ ਵੱਲੋਂ ਕਦੇ ਵੀ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਇੱਦਾਂ ਕੀਤਾ ਗਿਆ ਜਾਂ ਫਿਰ ਤੁਸੀਂ ਇੱਦਾਂ ਹੀ ਸਮਝਾ ਦਿੰਦੇ ਹੋ ਕਿਸੇ ਨੂੰ? ਨਹੀਂ, ਹਰ ਤਰ੍ਹਾਂ ਦਾ ਉਹ ਹੁੰਦਾ ਜੀ, ਜਦੋਂ ਸਮਝਾਉਣ ਨਾਲ ਤਾਂ ਸਮਝਾ ਵੀ ਦਿੰਦੇ ਹਾਂ, ਜਦੋਂ ਕੋਈ ਐਕਸ਼ਨ ਲੈਣ ਦੀ ਗੱਲ ਆਉਂਦੀ ਹੈ ਉਹ ਜਿਹਾ ਅਸੀਂ, ਮਤਲਬ ਮੇਨ ਤਾਂ ਇਹ ਹੈ ਵੀ ਕਾਨੂੰਨ ਦੀ ਪਾਲਣਾ ਕਰਨ, ਲੋਕ ਆਪਣੇ ਘਰਾਂ 'ਚ ਰਹਿਣ, ਆਪਣੇ ਆਪ ਨੂੰ ਸੁਰੱਖਿਅਤ ਰੱਖਣ। ਅਤੇ ਇਹ ਬਿਮਾਰੀ ਇੱਦਾਂ ਦੀ ਹੈ ਵੀ ਜਿੰਨਾ ਜ਼ਿਆਦਾ ਐਕਟੀਵਿਟੀ ਬਾਹਰ ਲੋਕ ਨਿਕਲਣਗੇ ਉਨਾ ਜ਼ਿਆਦਾ ਰਿਸਕ ਵੱਧ ਹੈ। ਥੈਂਕ ਯੂ।